Hello friends, welcome back on the English Shop channel. Aaj aapa gal karange the most important idioms bare jis nu tusi writing task 2 and speaking which use kar sakde ho. Ta shuru karde han sab to pehla idiom that is piece of cake jis da matlab hai koi cheez jehdi karni aasan hoye something is very easy. For example, giving the test of math for me is a piece of cake. Math da test dena mere liye ek piece of cake ki tarah hai, like bahut hi aasan jeha kam hai mere liye. Second, not make cup of tea. Koi kam jehda ki mere vas to bahar hove, is tarah keh sakde ha. Iska meaning hai something that is not easy to do. Koi ajehi cheez jehdi ki karni aasan na hove. Iska ulta hai pehle da. Theek hai, isnu vi tusi use tarah sentence vich use kar sakde ho. Third, couch potato. Ye bahut hi famous idiom hai IELTS vich. ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਕਾਊਚ ਪੋਟੈਟੋ ਦਾ ਮੀਨਿੰਗ ਹੈ ਅ ਲੇਜ਼ੀ ਪਰਸਨ ਕੋਈ ਲੇਜ਼ੀ ਪਰਸਨ ਮੀਨਸ ਸੁਸਤ ਆਲਸੀ ਨਿਕੰਮਾ ਪਰਸਨ ਜੋ ਕਿ ਸਾਰਾ ਦਿਨ ਬੈਠਾ ਹੀ ਰਵੇ ਠੀਕ ਹੈ ਕਾਊਚ ਪੋਟੈਟੋ ਇੱਕਦਮ ਮੋਟਾ ਆਦਮੀ ਜੋ ਸਾਰਾ ਦਿਨ ਸੁਸਤੀ ਨਾਲ ਕੰਮ ਕਰੇ ਸੁਸਤ ਰਵੇ ਬੈਠਾ ਰਹਿਣਾ ਕਾਊਚ ਪੋਟੈਟੋ ਲਾਈਕ ਫੋਰ ਐਗਜ਼ਾਮਪਲ ਤੁਸੀਂ ਇਸ ਸੈਂਟੈਂਸ ਨੂੰ ਯੂਜ਼ ਕਰ ਸਕਦੇ ਹੋ ਹੀ ਵਾਚਿੰਗ ਟੀ ਵੀ ਆਲ ਆਰ ਡੇ ਐਂਡ ਹੀ ਬਿਕਮ ਅ ਕਾਊਚ ਪੋਟੈਟੋ ਫੋਰਥ ਫਿਸ਼ ਆਊਟ ਆਫ ਦਾ ਵਾਟਰ is the meaning here not feeling comfortable with something or a situation fish out of water means koi ajehi feeling jis na tusi comfortable feel na karo like tusi uncomfortable feel karo tanu changa na lage boring just feel hove jo situation tode ankul na hove us liye is use kita ja sakda hai fifth out of the blue meaning something that happens suddenly and unexpectedly out of the blue means ਕੋਈ ਚੀਜ਼ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਣਾ ਕੁਛ ਤੁਸੀਂ ਕੁਛ ਹੋਰ ਸੋਚੋ ਤੇ ਉਸ ਦਾ ਕੁਛ ਹੋਰ ਹੀ ਹੋ ਜਾਵੇ ਕੁਛ ਉਲਟ ਹੋ ਜਾਵੇ ਜੋ ਤੁਸੀਂ ਕਦੇ ਸੋਚਿਆ ਨਾ ਹੋਵੇ ਅਨਐਕਸਪੈਕਟਡਲੀ ਠੀਕ ਹੈ ਸਿਕਸਥ ਇਜ਼ ਗੱਟ ਫੀਲਿੰਗ ਗੱਟ ਫੀਲਿੰਗ ਕੀ ਹੈ ਕੋਈ ਅਜਿਹਾ ਡਿਸੀਜਨ ਜੋ ਤੁਸੀਂ ਕਿਸੇ ਦੇ ਪ੍ਰੈਸ਼ਰ ਵਿੱਚ ਲਿਆ ਹੋਵੇ ਜਾਂ ਕਹਿ ਸਕਦੇ ਹੋ ਕਿਸੇ ਸਟ੍ਰੈਸ ਦੇ ਅੰਡਰ ਲਿਆ ਹੋਵੇ ਕੋਈ ਤੁਸੀਂ ਉਸ ਡਿਸੀਜਨ ਨੂੰ ਲੈ ਕੇ ਤੁਸੀਂ ਗਿਲਟੀ ਫੀਲ ਕਰੋ ਡੈਟ ਇਜ਼ ਗੱਟ ਫੀਲਿੰਗ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਮੋਸਟਲੀ ਤੁਸੀਂ ਸਪੀਕਿੰਗ ਵਿੱਚ ਇਸ ਨੂੰ ਯੂਜ਼ ਕਰ ਸਕਦੇ ਹੋ ਰਾਈਟਿੰਗ ਟਾਸਕ 2 ਵਿੱਚ ਵੀ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਸੈਵਨਥ ਇਜ਼ ਡਰਾਈਵ ਸਮਵਨ ਅਪ ਦਾ ਵਾਲ ਡਰਾਈਵ ਸਮਵਨ ਅਪ ਦਾ ਵਾਲ ਮੀਨਸ ਕੋਈ ਤੁਹਾਨੂੰ ਇਰੀਟੇਟ ਕਰੇ ਠੀਕ ਹੈ ਬਾਰ ਬਾਰ ਤੁਹਾਨੂੰ ਖਿਚਾਵੇ ਕਿਸੇ ਚੀਜ਼ ਤੋਂ ਤੁਹਾਨੂੰ ਇਰੀਟੇਸ਼ਨ ਹੋਵੇ ਉਸਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਫੋਰ ਐਗਜ਼ਾਮਪਲ ਹਿਸ ਕੋਂਸਟੈਂਟ ਕਫਿੰਗ constant means ਲਗਾਤਾਰ ਕਫਿੰਗ ਖੰਗ ਉਸਦੀ ਲਗਾਤਾਰ ਖੰਗ ਨੇ ਡਰਾਈਵਸ ਮੀ ਅਪ ਦਾ ਵਾਲ ਮੈਨੂੰ ਬਹੁਤ ਹੀ ਜ਼ਿਆਦਾ ਇਰੀਟੇਟ ਕੀਤਾ ਨੈਕਸਟ 8 ਇਜ਼ ਵੰਸ ਇਨ ਅ ਬਲੂ ਮੂਨ ਮੀਨਸ ਓਕੇਸ਼ਨਲੀ ਰੇਅਰਲੀ ਫਾਰ ਫਰੋਮ ਟਾਈਮ ਟੂ ਟਾਈਮ ਵੰਸ ਇਨ ਅ ਬਲੂ ਮੂਨ ਇੱਕ ਬਹੁਤ ਹੀ ਫੇਮਸ ਈਡੀਅਮ ਹੈ ਮੋਸਟ ਇੰਪੋਰਟੈਂਟ ਹੈ ਇਸ ਨੂੰ ਸਪੀਕਿੰਗ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਜਿਸ ਦਾ ਮੀਨਿੰਗ ਹੈ ਓਕੇਸ਼ਨਲੀ ਮੀਨਸ ਕਦੇ ਕਦੇ ਰੇਅਰਲੀ ਕਦੇ ਕਦੇ ਬਹੁਤ ਕਦੇ ਕਦਾਈਂ ਟਾਈਮ ਟੂ ਟਾਈਮ ਕਦੇ ਕਦਾਈਂ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਫੋਰ ਐਗਜ਼ਾਮਪਲ ਤੁਸੀਂ ਸੈਂਟੈਂਸ ਬਣਾ ਸਕਦੇ ਹੋ ਮਾਈ ਆਂਟ ਇਜ਼ ਸਨ ਸੈਟਲ ਇਨ ਅਬਰੋਡ ਐਂਡ ਹੀ ਮਿਟ ਵਿਦ ਦੇਅਰ ਪੇਰੈਂਟਸ ਵਾਂਸ ਇਨ ਅ ਬਲੂ ਮੂਨ ਮੇਰੀ ਜੋ ਆਂਟ ਹੈ ਉਸਦਾ ਜੋ ਬੇਟਾ ਹੈ ਸਨ ਹੈ ਉਹ ਅਬਰੋਡ ਵਿੱਚ ਸੈਟਲ ਹੈ ਤਾਂ ਉਹ ਆਪਣੇ ਪੇਰੈਂਟਸ ਨੂੰ ਕਦੇ ਕਦਾਈਂ ਹੀ ਮਿਲਦਾ ਹੈ ਵਾਂਸ ਇਨ ਅ ਬਲੂ ਮੂਨ ਠੀਕ ਹੈ ਨਾਈਨਥ ਇਜ਼ ਐਡ ਫਿਊਲ ਟੂ ਦਾ ਫਾਇਰ ਮੀਨਸ ਬਲਦੀ 'ਤੇ ਤੇਲ ਪਾਉਣਾ ਮੁਹਾਵਰਾ ਪੰਜਾਬੀ ਵਿੱਚ ਵੀ ਬਹੁਤ ਪ੍ਰਸਿੱਧ ਹੈ ਜਿਹੜਾ ਕਿ ਐਡ ਫਿਊਲ ਟੂ ਦਾ ਫਾਇਰ ਇਸ ਦਾ ਮੀਨਿੰਗ ਹੈ ਟੂ ਮੇਕ ਐਨ ਐਂਗਰੀ ਪਰਸਨ ਗੈਟ ਈਵਨ ਐਂਗਰ ਕਿਸੇ ਗੁੱਸੇ ਵਾਲੇ ਆਦਮੀ ਨੂੰ ਹੋਰ ਜ਼ਿਆਦਾ ਗੁੱਸਾ ਦਵਾਉਣਾ ਉਸਨੂੰ ਹੋਰ ਭੜਕਾਉਣਾ ਇਸ ਦਾ ਮੀਨਿੰਗ ਹੈ ਫੋਰ ਐਗਜ਼ਾਮਪਲ ਤੁਸੀਂ ਸੈਂਟੈਂਸ ਯੂਜ਼ ਕਰ ਸਕਦੇ ਹੋ ਹਿਜ ਪੇਰੈਂਟਸ ਵਰ ਆਲਰੇਡੀ ਐਂਗਰੀ ਉਸਦੇ ਜੋ ਪੇਰੈਂਟਸ ਸੀਗੇ ਉਹ ਪਹਿਲਾਂ ਹੀ ਬਹੁਤ ਗੁੱਸੇ ਵਿੱਚ ਸੀਗੇ ਵੈਨ ਹੀ ਮਿਸ ਦਾ ਵੈਨ ਹੀ ਮਿਸ ਦਾ ਕਲਾਸਿਸ ਔਰ ਫਲੰਕਡ ਯੂਜ਼ ਕਰ ਸਕਦੇ ਹੋ ਮਿਸ ਦਾ ਕਲਾਸ ਜਦੋਂ ਉਸਨੇ ਕਲਾਸ ਮਿਸ ਕੀਤੀ ਵੈਨ ਦੇ ਸਾ ਹਿਮ ਡਰੰਕ ਜਦੋਂ ਉਹਨਾਂ ਨੇ ਉਸਨੂੰ ਸ਼ਰਾਬ ਦੇ ਨਸ਼ੇ ਵਿੱਚ ਦੇਖਿਆ ਇਟ ਓਨਲੀ ਐਡਡ ਫਿਊਲ ਟੂ ਦਾ ਫਾਇਰ ਇਸਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਠੀਕ ਹੈ ਟੈਂਥ ਇਜ਼ ਨੈਵਰ ਜਸ ਦਾ ਬੁੱਕ ਬਾਏ ਇਟਸ ਕਵਰ ਇਸ ਦਾ ਮੀਨਿੰਗ ਹੈ ਕਿ ਕਦੇ ਵੀ ਕਿਸੇ ਬੁੱਕ ਨੂੰ ਉਸਦੇ ਬਾਹਰੀ ਜੋ ਜਿਲਤ ਹੈ ਉਸ ਤੋਂ ਕਦੇ ਜੱਜ ਨਹੀਂ ਕਰਨਾ ਚਾਹੀਦਾ ਕਿ ਬੁੱਕ ਦੇ ਅੰਦਰ ਕੀ ਹੈ ਇਸ ਦਾ ਮੀਨਿੰਗ ਹੈ ਵਨ ਸ਼ੁੱਡ ਨਾਟ ਪ੍ਰਿਜਸ ਦਾ ਬੁੱਕ ਆਫ ਸਮਥਿੰਗ ਬਾਏ ਇਟਸ ਆਊਟਵਰਡ ਅਪੀਅਰੈਂਸ ਕਦੇ ਵੀ ਇਸਦੇ ਬਾਹਰੀ ਜੋ ਦਿਖ ਰਿਹਾ ਹੈ ਉਸਦੇ ਦੁਆਰਾ ਇਸ ਨੂੰ ਜੱਜ ਨਹੀਂ ਕੀਤਾ ਜਾ ਸਕਦਾ ਕਿਸੇ ਦੀ ਸ਼ਖਸੀਅਤ ਨੂੰ ਠੀਕ ਹੈ ਫੋਰ ਐਗਜ਼ਾਮਪਲ ਸੈਂਟੈਂਸ ਸੀਗਾ ਦ ਮੈਨ ਮੇ ਲੁੱਕ ਵੈਰੀ ਸਮਾਲ
जो आदमी है बहुत छोटा दिखता है, भावें उसकी शख्सियत बहुत छोटी है, ठीक है, बहुत छोटा दिखता है वो, उस पर जो बाहरी दिखावा है, जो जो भी वो अपने आप शो करता है वो छोटा है। बट डोंट जज अ बुक बाय इट्स कवर, कदे भी बुक न उसकी कवर जज जिल्द कह सकते हो तो जज नहीं करना चाहिए। ही इज़ अ वेरी पावरफुल मैन एंड इन हीज सर्कल, वो बहुत ही शक्तिशाली या कह सकते हो बहुत ही फेमस हैगा परसन, अपने सर्कल दे विच उसकी बहुत ज़्यादा अहमियत हैगी है, ठीक है। नैक्सट कुछ होर ज़्यादा इंपॉर्टेंट ईडियम्स ने जिन्हें बारे गल आप करते हैं। सब तो पहला कुछ इन्होंने पहला भी आ चुके हैं तो एक बार फिर तो रिपीट कर लें आप एक बार। द फर्स्ट इज़ अ वॉक इन द पार्क, ठीक है, मीनिंग है वेरी ईजी, समथिंग इज़ वेरी ईजी, फर्स्ट दे नाल कुछ मिलता जुलता ही है। फॉर एग्जाम्पल द टेस्ट वॉज अ वॉक इन द पार्क, ये जो काम है जो कह सकते हैं कि जो ये टेस्ट देना मेरे लिए एक वॉक इन द पार्क के समान है, कि वॉक करना किसी पार्क में वॉक करना लाइक बहुत ईजी होंगे है, उस तरह ही मेरे लिए है, ठीक है। सैकेंड डोंट गिव अप द डे जॉब, मीनिंग यू आर नॉट वेरी गुड इट समथिंग, किसी लिए यूज़ करना कि तू ये कम विच ठीक नहीं गा तो इतों एक कम नहीं होना, ठीक है। फॉर एग्जाम्पल यू आर अ टेरेबल सिंगर, तू एक बहुत ही भयानक सिंगर है, आप कह दें कि तेरी आवाज़ बिल्कुल भी जसदी नहीं है सोंग लिए, तेरी आवाज़ सोहनी नहीं है, डोंट गिव अप द डे जॉब, उसके लिए यूज़ करते हैं। थर्ड अपर ट्री, मीनिंग हैगा इन अ डिफिकल्ट सिचुएशन विच यूज़ करते हैं इसनों, अपर ट्री, किसी दरख्त उपर चढ़ना जिन्ना औखा है उन्ना इसे काम नु करना औखा होंदा है। इफ़ यू मिस द बस, जेकर तू ये बस मिस की यू वैल बी अप ए ट्री, तब तेरे लिए ये बहुत ही डिफिकल्ट हो जाएगा, सिचुएशन बहुत डिफिकल्ट हो जाएगी तेरे लिए। नेक्स्ट ए चिप ऑन योर शोल्डर, अपसेट अबाउट समथिंग डैट हैपन इन द पास्ट, किसी चीज़ नु लैके दुखी रहना जो कि पास्ट विच हो चुका है, वैसे भी पास्ट विच जो होंदा है भावें वह चंगा हो बुरा हो उसनों भुल जाना ही चंगा होंदा है, तो उस आप सेंटेंस यूज़ करते हैं। अपसैट अबाउट समथिंग, किसी चीज़ को लैके अपसैट रहना दुखी रहना डैट हैपन इन द पास्ट, जो पास्ट विच हो चुकी है। फॉर एग्जाम्पल वी आर्ग्यूड अबाउट द लास्ट ईयर बट यू हैव स्टिल गॉट अ चिप ऑन योर शोल्डर, आप लास्ट ईयर भी इस बारे गल की सी बट तू हजे तक भी पुरानी गलों अपने मोढ़े से चुकी फिरदा, इस तरह आप कह दें, ठीक है। नैक्सट पीस ऑफ केक पर रिपीट कर रहे हैं, समथिंग डैट कैन बी अचीव्ड वेरी ईजली, कुछ अजिहा जिहड़ा कि बहुत ही ईजली अचीव किया जा सके, ए पीस ऑफ केक। फॉर एग्जाम्पल द इंटरव्यू वॉज ए पीस ऑफ केक फॉर मी, आप कह सकते हैं जिड़ी कि इंटरव्यू मेरे द्वारा दिती गई सी कि एक पीस ऑफ केक की तरह से बहुत ही आसान सी मेरे लिए। नैक्सट ऑल बार्क एंड नो बाइट, इसका मीनिंग है वैन समवन इज़ वेरी अग्रेसिव बट नॉट विलिंग टू इंगेज इन अ फाइट और आर्ग्यूमेंट, समथिंग लाइक तुसी कह सकते हो कि कोई अजिहा परसन जिहड़ा बहुत ही अग्रेसिव होवे बट वो किसी लड़ाई झगड़े किसी आर्ग्यूमेंट विच ना पैना चाहता होवे। फॉर एग्जाम्पल डिस्पाइट बीइंग अपसैट विद द अदर टीम, डिस्पाइट बीइंग अपसैट विद द अदर टीम, किसी होर टीम नाल अपसैट रहना, ठीक है, उस दे नाल चंगा मार्क वॉज ऑल बार्क एंड नो बाइट दे समान है, ठीक है, इस तरह कह सकते हो। ऑल इन द सेम बोट, सारे एको समान होना, एक सेम बोट विच होना, एवरी वन इज इन द सेम सिचुएशन, मीन कि इसका मतलब है कि एवरी वन जो हर कोई है वो सेम सिचुएशन उस हालात में है। फॉर एग्जाम्पल द इंटायर क्लास डिड पुअरली ऑन द टैक्सट, जो सारी क्लास ने ये टैक्सट जो बहुत ही घटिया दिता है, वो ऑल इन द सेम बोट, आप सारे एको ही किश्ती में सवार हाँ, आप कह दें एप्पल ऑफ माई आईज। नैक्सट इज एप्पल ऑफ माई आईज, मीनिंग समवन डैट इज लविंग अबाउट एवरी वन एल्स, कोई अजिहा परसन जिहड़ा कि तुहानू बहुत ज़्यादा पसंद होवे, लविंग होवे तुहाडे लई, सब तो ज़्यादा जिसनों तुसी बैटर मानते होवो उस लई यूज़ किया जाता है। फॉर एग्जाम्पल माई न्यू बेबी गर्ल इज़ द एप्पल ऑफ माई आईज, मेरी जो बेटी है वो मेरिया अखा का तारा है, आप कह दें इज स्टार ऑफ माई आईज, कह सकते हैं आप शी स्टार ऑफ माई आईज, इस तरह का कुछ भी। एक्सक्यूज मी फ्रेंड्स डैट इज नैक्सट ईडियम इज, मीनिंग एक्सक्यूज मी फॉर कसिंग और यूजिंग बैड लैंग्वेज, किसी बुरे भाषा तो बचने लिया जाता है, किसी बुरे भाषा
ਕੋਈ ਯੂਜ਼ ਕਰ ਰਿਹਾ ਹੋਵੇ ਉਸਦੇ ਲਈ ਯੂਜ਼ ਕੀਤਾ ਜਾਂਦਾ ਹੈ। ਯੂ ਵਿਲ ਹੈਵ ਟੂ ਐਕਸਕਿਊਜ਼ ਮੀ ਫ੍ਰੈਂਚ, ਠੀਕ ਹੈ। ਦੈਟ ਇਜ਼ ਨੈਕਸਟ ਈਡੀਅਮ ਇਜ਼ ਗੈਟ ਅਪ ਔਨ ਦਾ ਰੋਂਗ ਸਾਈਡ ਆਫ ਦਾ ਬੈੱਡ। ਗੈਟ ਅਪ ਔਨ ਦਾ ਰੋਂਗ ਸਾਈਡ ਆਫ ਦਾ ਬੈੱਡ ਇਸਦਾ ਮੀਨਿੰਗ ਹੈਗਾ ਸਮਥਿੰਗ ਇਜ਼ ਹੈਵਿੰਗ ਅ ਟੈਰੇਬਲ ਡੇ। ਕੋਈ ਆਪਾਂ ਕਹਿ ਦਿੰਦੇ ਹਾਂ ਕਿਸੇ ਲਈ ਕੋਈ ਬਹੁਤ ਹੀ ਬੁਰਾ ਦਿਨ ਬੀਤਿਆ ਹੋਵੇ ਉਸਦੇ ਲਈ, ਅੱਜ ਦਾ ਦਿਨ ਆਪਾਂ ਕਹਿ ਦਿੰਦੇ ਹਾਂ ਕਿ ਤੇਰੇ ਲਈ ਬਹੁਤ ਹੀ ਬੁਰਾ ਗਿਆ ਅੱਜ ਦਾ ਦਿਨ, ਉਸਦੇ ਲਈ ਯੂਜ਼ ਕੀਤਾ ਜਾਂਦਾ ਹੈ। ਹੀ ਇਜ਼ ਇਨ ਅ ਬੈਡ ਮੂਡ, ਉਹ ਬਹੁਤ ਹੀ ਬੁਰੇ ਮੂਡ ਵਿੱਚ ਹੈ, ਉਸਦਾ ਮੂਡ ਠੀਕ ਨਹੀਂ ਹੈ। ਹੀ ਮਸਟ ਹੈਵ ਗੋਟ ਅਪ ਔਨ ਦਾ ਰੋਂਗ ਸਾਈਡ ਆਫ ਦਾ ਬੈੱਡ ਟੂਡੇ। ਉਸਨੂੰ ਗੋਟ ਅਪ ਔਨ ਦਾ ਰੋਂਗ ਸਾਈਡ ਮੀਨਸ ਉਸਦਾ ਦਿਨ ਬਹੁਤ ਹੀ ਖਰਾਬ ਗਿਆ ਹੈ, ਉਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਗਾ, ਠੀਕ ਹੈ। ਇਸ ਤਰ੍ਹਾਂ ਦਾ ਕੁਛ ਵੀ ਕਹਿ ਸਕਦੇ ਹੋ, ਸੈਂਟੈਂਸ ਵਿੱਚ ਯੂਜ਼ ਕਰ ਸਕਦੇ ਹੋ ਤੁਸੀਂ ਇਸਨੂੰ। ਗੋ ਆਊਟ ਔਨ ਅ ਲਿੰਪ ਮੀਨਸ ਕਿਸੇ ਚੜ੍ਹਾਈ 'ਤੇ ਚੜ੍ਹਨਾ, ਠੀਕ ਹੈ। ਚਾਂਸ ਚੜ੍ਹਾਈ 'ਤੇ ਚੜ੍ਹਨਾ ਵੀ ਉਸੇ ਤਰ੍ਹਾਂ ਹੈਗਾ, ਕਿਸੇ ਲੈ ਕੇ ਕਹਿ ਸਕਦੇ ਹਾਂ ਕੋਈ ਡੇਂਜਰ ਸਿਚੁਏਸ਼ਨ ਹੋਵੇ ਉਦੋਂ ਕਿਹਾ ਜਾਂਦਾ ਹੈ। ਟੇਕ ਅ ਚਾਂਸ, ਕੋਈ ਚਾਂਸ ਲੈਣਾ ਹੋਵੇ, ਆਖਰੀ ਮੌਕਾ ਹੋਵੇ ਤੁਹਾਡੇ ਕੋਲ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕੀ ਕਹਿ ਸਕਦੇ ਹੋ ਕਿ ਆਇਲਸ ਦਾ ਇਗਜ਼ਾਮ ਹੀ ਦੇਣਾ ਹੋਵੇ, ਟੇਕ ਅ ਚਾਂਸ ਲੈਣਾ ਪੈਂਦਾ ਹੈ, ਫੀਸ ਵੀ ਭਰਨੀ ਹੈ ਇੰਨੀ, ਅਤੇ ਚਾਂਸ ਲੈਣਾ ਪੈਂਦਾ ਹੈ, ਸਕੋਰ ਆਵੇ ਨਾ ਆਵੇ, ਠੀਕ ਹੈ, ਡਿਪੈਂਡ ਕਰਦਾ ਤੁਹਾਡੀ ਸਟੱਡੀ 'ਤੇ ਕਿਸ ਤਰ੍ਹਾਂ ਕੀਤੀ ਹੈ। ਯੂਜ਼ ਕਰ ਸਕਦੇ ਹਾਂ ਇਸਨੂੰ, ਟੇਕ ਅ ਚਾਂਸ। ਫੋਰ ਐਗਜ਼ਾਮਪਲ, ਹੀ ਰੇਅਲੀ ਵੈਂਟ ਆਊਟ ਅ ਲਿੰਪ ਬਾਈ ਹੈਲਪਿੰਗ ਹਿਜ਼ ਐਨਮੀ। ਹੀ ਰੇਅਲੀ ਵੈਂਟ ਆਊਟ, ਬਹੁਤ ਹੀ ਕਹਿ ਸਕਦੇ ਹਾਂ ਕਿ ਭਿਆਨਕ ਸਿਚੁਏਸ਼ਨ ਲਈ ਯੂਜ਼ ਕੀਤਾ ਜਾਂਦਾ ਹੈ ਟੇਕ ਅ ਚਾਂਸ। ਇਸ ਤਰ੍ਹਾਂ ਹੀ ਰੇਅਲੀ ਵੈਂਟ ਆਊਟ ਅ ਲਿੰਪ ਬਾਈ ਹੈਲਪਿੰਗ ਹਿਜ਼ ਐਨਮੀ, ਆਪਣੇ ਦੁਸ਼ਮਣ ਦੀ ਵੀ ਸਹਾਇਤਾ ਕਰਨੀ ਪੈਂਦੀ ਹੈ ਕਦੇ ਕਦੇ ਚਾਂਸ ਲੈ ਕੇ। ਆਈਸਿੰਗ ਔਨ ਦਾ ਕੇਕ ਨੈਕਸਟ ਈਡੀਅਮ ਹੈਗਾ। ਆਈਸਿੰਗ ਔਨ ਦਾ ਕੇਕ ਮੀਨਸ ਸਮਥਿੰਗ ਇਜ਼ ਆਲਰੇਡੀ ਗੁੱਡ, ਕੁਛ ਜੋ ਵਧੀਆ ਹੋਵੇ ਪਹਿਲਾਂ ਤੋਂ ਹੀ। ਬਟ ਯੂ ਗੈਟ ਸਮਥਿੰਗ ਔਨ ਦਾ ਟੋਪ ਆਫ ਦੈਟ, ਬਟ ਉਹ ਚੀਜ਼ ਜੋ ਕਿ ਤੁਹਾਨੂੰ ਟੋਪ 'ਤੇ ਲੈ ਕੇ ਜਾਵੇ। ਆਈਸਿੰਗ ਔਨ ਦਾ ਕੇਕ, ਫੋਰ ਐਗਜ਼ਾਮਪਲ, ਦਾ ਆਈਸਿੰਗ ਔਨ ਦਾ ਕੇਕ ਵਾਸ ਵੈਨ ਆਈ ਵਾਸ $100 ਆਫਟਰ ਵਿਨਿੰਗ ਦਾ ਗੋਲਫ ਟੂਰਨਾਮੈਂਟ। ਆਈਸਿੰਗ ਔਨ ਦਾ ਕੇਕ ਮੇਰੇ ਲਈ ਇਹ ਗੱਲ ਇੱਕ ਬਹੁਤ ਹੀ ਵਧੀਆ ਗੱਲ ਸੀਗੀ ਜਦੋਂ ਮੈਂ $100 ਜਿੱਤਿਆ ਗੋਲਫ ਟੂਰਨਾਮੈਂਟ ਵਿੱਚ, ਠੀਕ ਹੈ। ਦਾ ਨੈਕਸਟ ਈਡੀਅਮ ਇਜ਼ ਇਨ ਦਾ ਹੀਟ ਆਫ ਮੂਮੈਂਟ, ਬਹੁਤ ਹੀ ਜ਼ਿਆਦਾ ਗਰਮ ਹੋਣਾ ਕਿਸੇ ਸਿਚੁਏਸ਼ਨ ਦਾ, ਗਰਮ ਹੋਣਾ ਹਾਲਾਤ ਗਰਮੀ ਵਾਲੇ ਹੋਣਾ, ਠੀਕ ਹੈ, ਇਸ ਤਰ੍ਹਾਂ ਦਾ। ਓਵਰ ਬਲੇਮਡ ਬਾਈ ਵਟ ਇਜ਼ ਹੈਪਨਿੰਗ, ਕਿਸੇ ਚੀਜ਼ ਤੋਂ ਬਹੁਤ ਜ਼ਿਆਦਾ ਖੁਸ਼ ਹੋ ਜਾਣਾ, ਠੀਕ ਹੈ, ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਬਹੁਤ ਦੁਖੀ ਹੋਣਾ ਜਾਂ ਬਹੁਤ ਹੀ ਜ਼ਿਆਦਾ ਖੁਸ਼ ਹੋਣਾ ਬਾਈ ਉਸ ਗੱਲ ਤੋਂ, ਵਟ ਇਜ਼ ਹੈਪਨਿੰਗ, ਜੋ ਕਿ ਹੋ ਰਹੀ ਹੈ। ਫੋਰ ਐਗਜ਼ਾਮਪਲ, ਇਨ ਦਾ ਹੀਟ ਆਫ ਦਾ ਮੂਮੈਂਟ ਆਈ ਸਲੈਮਡ ਮਾਈ ਕੌਫੀ ਕੱਪ ਔਨ ਦਾ ਟੇਬਲ, ਜਦੋਂ ਮੈਂ ਇਹ ਗੱਲ ਸੁਣੀ ਜਾਂ ਕਹਿ ਲਓ ਕਿ ਖੁਸ਼ੀ ਵਾਲੀ ਸੁਣੀ ਜਾਂ ਦੁੱਖ ਵਾਲੀ ਸੁਣੀ, ਤਾਂ ਮੈਂ ਜੋ ਆਪਣਾ ਕੌਫੀ ਦਾ ਕੱਪ ਸੀ ਉਸਨੂੰ ਮੇਜ਼ 'ਤੇ ਪਟਕ ਦਿੱਤਾ। ਨੈਕਸਟ ਈਡੀਅਮ ਇਜ਼ ਲੈਂਡ ਮੀ ਯੋਰ ਆਏ, ਲੈਂਡ ਮੀ ਯੋਰ ਈਅਰ, ਠੀਕ ਹੈ, ਕਿ ਕਹਿ ਲਓ ਕਿ ਕਿਸੇ ਦੇ ਕੰਨ ਉਧਾਰ ਲੈਣਾ ਜਾਂ ਕਿਸੇ ਤੋਂ ਕੋਈ ਸਹਾਇਤਾ ਮੰਗਣੀ, ਇਸ ਤਰ੍ਹਾਂ ਦਾ ਕੁਛ ਵੀ। ਫੋਰ ਇਸਦਾ ਮੀਨਿੰਗ ਹੈਗਾ ਟੂ ਆਸਕ ਫੋਰ ਸਮਵਨਸ ਫੁੱਲ ਅਟੈਂਸ਼ਨ, ਕਿਸੇ ਤੋਂ ਬਹੁਤ ਹੀ ਜ਼ਿਆਦਾ ਧਿਆਨ ਮੰਗਣਾ, ਉਸਦਾ ਧਿਆਨ ਕੇਂਦਰਿਤ ਕਰਵਾਉਣਾ ਆਪਣੇ ਵੱਲ। ਫੋਰ ਐਗਜ਼ਾਮਪਲ, ਜੂਲੀਆ ਆਈ ਐਮ ਫੀਲਿੰਗ ਅਪਸੈਟ, ਜੂਲੀਆ ਮੈਂ ਬਹੁਤ ਹੀ ਪਰੇਸ਼ਾਨ ਹਾਂ, ਪਲੀਜ਼ ਲੈਂਡ ਮੀ ਯੋਰ ਈਅਰ, ਪਲੀਜ਼ ਆਪਣਾ ਜੋ ਧਿਆਨ ਹੈ ਉਹ ਮੇਰੇ ਵੱਲ ਦਿਓ ਕੁਛ ਸਮੇਂ ਲਈ, ਇਸ ਤਰ੍ਹਾਂ ਦਾ ਕਿਹਾ ਜਾਂਦਾ ਹੈ। ਦਾ ਲਾਸਟ ਈਡੀਅਮ ਇਜ਼ ਆਫ ਦਾ ਹੁੱਕ ਮੀਨਸ ਛੁਟਕਾਰਾ ਪਾਉਣਾ, ਇਸਦਾ ਮੀਨਿੰਗ ਹੈ ਟੂ ਨੋ ਲੋਂਗਰ ਹੈਵ ਟੂ ਡੀਲ ਵਿਦ ਅ ਟਫ ਸਿਚੁਏਸ਼ਨ, ਕਿਸੇ ਸਿਚੁਏਸ਼ਨ ਕਿਸੇ ਹਾਲਾਤ ਜਾਂ ਕਿਸੇ ਪਰਸਨ ਨਾਲ ਜ਼ਿਆਦਾ ਸਮੇਂ ਤੱਕ ਤੁਸੀਂ ਨਾ ਬਿਤਾ ਸਕਦੇ ਹੋ ਜ਼ਿਆਦਾ ਸਮਾਂ, ਅਤੇ ਉਸ ਤੋਂ ਛੁਟਕਾਰਾ ਪਾਉਣਾ, ਉਸ ਸਿਚੁਏਸ਼ਨ ਤੋਂ ਉਸ ਹਾਲਾਤ ਤੋਂ ਛੁਟਕਾਰਾ ਪਾਉਣਾ। ਇਸਦਾ ਐਗਜ਼ਾਮਪਲ ਹੈਗੀ ਹੈ, ਫੋਰ ਐਗਜ਼ਾਮਪਲ, ਡਿਸਪਾਈਟ ਯੋਰ ਨੋਟੀ ਬਿਹੇਵੀਅਰ ਆਈ ਐਮ ਲੈਟਿੰਗ ਯੂ ਆਫ, ਤੇਰੇ ਨੋਟੀ ਬਿਹੇਵੀਅਰ ਕਰਕੇ ਮੈਂ ਤੇਰੇ ਤੋਂ ਦੂਰ ਜਾ ਰਿਹਾ ਹਾਂ ਜਾਂ ਕੁਛ ਵੀ ਹੈ, ਮੈਂ ਤੇਥੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ। ਸੋ ਫਰੈਂਡ, ਦਿਸ ਇਜ਼ ਦਾ ਐਂਡ ਆਫ ਦਿਸ ਵੀਡੀਓ, ਪਲੀਜ਼ ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਲਾਈਕ ਮਾਈ ਚੈਨਲ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਟੂ ਗੈਟ ਮੋਰ ਯੂਜ਼ਫੁਲ ਵੀਡੀਓਜ਼, ਐਂਡ ਪਲੀਜ਼ ਲਾਈਕ ਐਂਡ ਸ਼ੇਅਰ ਮਾਈ ਵੀਡੀਓਜ਼। ਥੈਂਕ ਯੂ ਫਰੈਂਡ ਫੋਰ ਵਾਚਿੰਗ ਦਿਸ ਵੀਡੀਓ।